ਕੋਈ ਹੋ ਗਈ ਤੇ ਮੈਂ ਪਹਿਲਾਂ ਤਾਂ ਕਦੇ ਗੱਲ ਨਹੀਂ ਕੀਤੀ ਸਾਰਿਆਂ ਦੇ ਸਾਹਮਣੇ ਤੇ ਥੋੜ੍ਹਾ ਜਿਹਾ ਇਮੋਸ਼ਨਲ ਗੱਲ ਵੀ ਆ ਸੋ ਮਾਫ ਕਰਿਓ ਮੈਂ ਪਹਿਲਾਂ ਗੱਲ ਕਰਨਾ ਚਾਹੁੰਦੀ ਹਾਂ ਪੂਰੀ ਮੇਰੀ ਗੱਲ ਡਰ ਦੇ ਬਾਰੇ ਆ ਮੇਰੇ ਕੋਈ ਸਵਾਲ ਵੀ ਆ ਤੇ ਕੋਈ ਮੇਰੀ ਮਨ 'ਚ ਸੋਚ ਵੀ ਹੈਗੀ ਆ ਅੱਗੇ ਪਹਿਲਾਂ ਭਾਈ ਮਨਿੰਦਰ ਸਿੰਘ ਨੇ ਗੱਲ ਕੀਤੀ ਸੀ ਪੇ ਜ਼ਿਆਦਾ ਅਸੀਂ ਗੱਲ ਕਰਦੇ ਹਾਂ ਸ਼ਬਦਾਂ ਦੇ ਵਿੱਚ ਅਤੇ ਆਪਾਂ ਕਹਿ ਦਿੰਦੇ ਹਾਂ ਪੇ ਸਿੰਘਾਂ ਨੇ ਇੱਦਾਂ ਸਿੰਘਾਂ ਲਈ ਇੱਦਾਂ ਅਸੀਂ ਕਰਨਾ ਆ ਅਤੇ ਅਸੀਂ ਸਾਰੀਆਂ ਧੀਆਂ ਨੂੰ ਭੁੱਲ ਜਾਂਦੇ ਹਾਂ ਸਿੰਘੜੀਆਂ ਨੂੰ ਭੁੱਲ ਜਾਂਦੇ ਹਾਂ ਕੋਰਾਂ ਨੂੰ ਭੁੱਲ ਜਾਂਦੇ ਹਾਂ ਇਸ ਗੱਲ ਦਾ ਵਿਚਾਰ ਸਾਡੇ ਕੋਰਾਂ ਦੇ ਵਿੱਚ ਬਹੁਤ ਹੁੰਦਾ ਆ ਅਤੇ ਸਾਡੇ ਲਈ ਥਾਂ ਕਿੱਥੇ ਆ ਅਸੀਂ ਕਿੱਥੇ ਆਪਣੀ ਵਿਚਾਰ ਕਰੀਏ ਹੈ ਨਾ ਮੈਂ ਗੱਲ ਕਰਨਾ ਚਾਹੁੰਦੀ ਕਿਉਂਕਿ ਆਪਾਂ ਗੱਲਬਾਤ ਕਰਦੇ ਹਾਂ ਕਦੇ ਕਦੇ ਦਿੱਲੀ ਦੇ ਵਿੱਚ ਕੀ ਹੁੰਦਾ ਆ ਜਾਂ ਹੋਰ ਥਾਵਾਂ ਦੇ ਵਿੱਚ ਦੁਨੀਆਂ ਦੇ ਵਿੱਚ ਕੀ ਹੁੰਦਾ ਆ ਅਸੀਂ ਜਿੱਦਾਂ ਹੋਰ ਪਹਿਲਾਂ ਕਿਸੇ ਨੇ ਗੱਲ ਕਹੀ ਸੀ ਪੇ ਧੀਆਂ ਨਾ ਮਾਵਾਂ ਨਾ ਇੱਦਾਂ ਹੋਇਆ ਉੱਦਾਂ ਹੋਇਆ ਪਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਰਦੇ ਆ ਹੈ ਨਾ ਉਹ ਖਾਲਸਾ ਨੂੰ ਏਕਤਾ ਬਣਾਉਂਦੇ ਆ ਉਹ ਨੌਜਵਾਨਾਂ ਨੂੰ ਖਾਲਸਾ ਪੰਥ ਦੇ ਨਾਲ ਜੋੜਦੇ ਆ ਉਹਨਾਂ ਨੂੰ ਬਾਣੀ ਦੇ ਨਾਲ ਜੋੜਦੇ ਆ ਹੈ ਨਾ ਅਤੇ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਇੱਥੇ ਹੋਰ ਦੇਸ਼ਾਂ ਦੇ ਵਿੱਚ ਸਾਨੂੰ ਇਹ ਭੁੱਲ ਜਾਂਦਾ ਹੈ ਵੀ ਕਈ ਲੋਕ ਹੈਗੇ ਆ ਖਾਸ ਕਰਕੇ ਜੇ ਆਪਾਂ ਗੁਰਦੁਆਰਿਆਂ ਦੇ ਵਿੱਚ ਹੁੰਦੇ ਹਾਂ ਸੰਗਤ ਦੇ ਵਿੱਚ ਬਹਿੰਦੇ ਹਾਂ ਸਾਨੂੰ ਮਨ ਦੇ ਵਿੱਚ ਹੁੰਦਾ ਨਹੀਂ ਵੀ ਜਿਹੜੇ ਧੀ ਪੁੱਤ ਨੌਜਵਾਨ ਉਸ ਘਰਾਂ ਦੇ ਵਿੱਚ ਆ ਜਿਨ੍ਹਾਂ ਦੇ ਮਾਂ ਬਾਪ ਬਜ਼ੁਰਗ ਸਿੱਖੀ ਤੋਂ ਅਲੱਗ ਹੋ ਗਏ ਨੇ ਉਹਨਾਂ ਨੂੰ ਕਿੱਦਾਂ ਅਸੀਂ ਜੋੜੀਏ ਸਿੱਖੀ ਦੇ ਨਾਲ ਹੈ ਨਾ ਅਤੇ ਜਦ ਚੀਜ਼ਾਂ ਹੁੰਦੀਆਂ ਇਸ ਮੁਲਕਾਂ ਦੇ ਵਿੱਚ ਭਾਵੇਂ ਅਮਰੀਕਾ ਦੇ ਵਿੱਚ ਕਨੇਡਾ ਦੇ ਵਿੱਚ ਹੋਰ ਥਾਵਾਂ ਦੇ ਵਿੱਚ ਅਤੇ ਉਹ ਆਪਣੇ ਪੰਥ ਦੇ ਲੋਕ ਆਪਣੇ ਪੰਥ ਦੇ ਧੀਆਂ ਅਤੇ ਮਾਵਾਂ 'ਤੇ ਕੋਈ ਜ਼ੁਲਮ ਕਰਦੇ ਆ ਉਹਨਾਂ ਨੂੰ ਕੋਈ ਦੁੱਖ ਪਹੁੰਚਾਉਂਦਾ ਆ ਫਿਰ ਇੱਕ ਭੈਣ ਜੀ ਨੇ ਪਹਿਲਾਂ ਗੱਲ ਕੀਤੀ ਸੀ ਵੀ ਜ਼ਮੀਨ ਪਿੱਛੇ ਲੋਕ ਬਹੁਤ ਲੜ ਪਏ ਵੀ ਫਾਰਮਰਸ ਪ੍ਰੋਟੈਸਟ 'ਤੇ ਇੰਨੇ ਲੋਕ ਤੁਰ ਪਏ ਵੀ ਅਸੀਂ ਵੀ ਨਾਲ ਸਾਥ ਦੇਣਾ ਹੈ ਪਰ ਫਿਰ ਜਦ ਆਪਣੀ ਧੀਆਂ ਦੀ ਮਾਵਾਂ ਦੀ ਗੱਲ ਤੁਰਦੀ ਆ ਇਸ ਦੇਸ਼ਾਂ ਦੇ ਵਿੱਚ ਦਿੱਲੀ ਦੀ ਗੱਲ ਵੀ ਅਸੀਂ ਕਰਦੇ ਕਨੇਡਾ ਦੇ ਵਿੱਚ ਪਿਛਲੇ ਸਾਲ ਸਮਰ ਦੇ ਵਿੱਚ ਨਿਊਯਾਰਕ ਦੇ ਵਿੱਚੋਂ ਵੀ ਇੱਕ ਕੇਸ ਆਇਆ ਸੀ ਸਾਨੂੰ ਸਾਰਿਆਂ ਨੂੰ ਕਿੰਨਾ ਦੁੱਖ ਪਹੁੰਚਿਆ ਉਸ ਗੱਲ ਤੋਂ ਇੱਦਾਂ ਦੀਆਂ ਗੱਲਾਂ ਨੂੰ ਸਾਨੂੰ ਗੁਰਦੁਆਰਿਆਂ ਦੇ ਵਿੱਚ ਵੀ ਕਰਨੀਆਂ ਚਾਹੀਦੀਆਂ ਇਸ ਕਰਕੇ ਕਿਉਂਕਿ ਉਸ ਘਰਾਂ ਦੇ ਵਿੱਚ ਨਾ ਇਕੱਲੇ ਧੀਆਂ ਆ ਨਾ ਇਕੱਲੇ ਸਿੰਘ ਨੇ ਜੇ ਕੋਈ ਸਿੰਘ ਨੂੰ ਇੱਦਾਂ ਦੇ ਇਨਵਾਇਰਮੈਂਟ ਦੇ ਵਿੱਚ ਉਹ ਪੈਦਾ ਹੁੰਦੇ ਆ ਉਹ ਕੀ ਸਿੱਖੂਗੇ ਜੇ ਕੋਈ ਕੌਰ ਇਸ ਇਨਵਾਇਰਮੈਂਟ ਦੇ ਵਿੱਚ ਹੈਗੀ ਆ ਅਤੇ ਗੁਰਦੁਆਰੇ ਅਸੀਂ ਆਉਂਦੇ ਹਾਂ ਅਤੇ ਕੋਈ ਸਾਨੂੰ ਪੁੱਛਦਾ ਨਹੀਂ ਵੀ ਧੀਆਂ ਦੀ ਕੀ ਹਾਲਤ ਆ ਇਹਨਾਂ ਦੇ ਘਰਾਂ ਦੇ ਵਿੱਚ ਫਿਰ ਅਸੀਂ ਕਿੱਥੇ ਜਾਵਾਂਗੇ ਕਿਹਨੂੰ ਪੁੱਛਾਂਗੇ ਐਸੇ ਤਰੀਕੇ ਦੇ ਨਾਲ ਜੇ ਅਸੀਂ ਸਾਰਿਆਂ ਦਾ ਸਾਥ ਨਾ ਛੱਡੀਏ ਸਾਰਿਆਂ ਨੂੰ ਨਾਲ ਲੈ ਕੇ ਤੁਰੀਏ ਫਿਰ ਹੀ ਖਾਲਸਾ ਏਕਤਾ ਹੁੰਦਾ ਹੈ ਨਹੀਂ ਤਾਂ ਜਿਹੜੇ ਗੁਰਦੁਆਰਿਆਂ ਦੇ ਵਿੱਚ ਹੈਗੇ ਨੇ ਅਸੀਂ ਤੁਰਦੇ ਰਹਿੰਦੇ ਹਾਂ ਮੋੜ ਨੂੰ ਅਤੇ ਜਿਹੜੇ ਪਿੱਛੇ ਛੱਡ ਜਾਂਦੇ ਹਾਂ ਉਹਨਾਂ ਦਾ ਕੀ ਹੁੰਦਾ ਹੈ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਨਸ਼ੇ ਉਹਨਾਂ ਨੂੰ ਅਡਿਕਸ਼ਨ ਹੋਈ ਵਾ ਉਹ ਕਿੱਦਾਂ ਦੁੱਖ ਦੀ ਘੜੀ ਦੇ ਵਿੱਚ ਇਕੱਲੇ ਰਹਿੰਦੇ ਆ ਹੈ ਨਾ ਵੀ ਉਹਨਾਂ ਨੂੰ ਕੋਈ ਸਾਥ ਦੇਣ ਵਾਲਾ ਨਹੀਂ ਹੁੰਦਾ ਪਰ ਇੱਥੇ ਜਿਹੜੇ ਨੌਜਵਾਨ ਗਲਤ ਪਾਸੇ ਚੱਲ ਜਾਂਦੇ ਆ ਜਾਂ ਜਿਹੜੀ ਧੀਆਂ ਨੂੰ ਦੁੱਖ ਪਹੁੰਚਦਾ ਆ
किसी ना किसी तरीके भावें अपने ही घर हो भावें बहर जाके हो असी उन्होंने किदा साथ लैके तुरते हैं। सो सारे बजुर्ग जिहड़े आ सारे गुरद्वारे दे संगत जिहड़ी आउंदी रहिंदी आ मैं तुहाडे तों एक बेनती करदी आ पहला पे अपने विचार सारे तक पहुँचने चाहिए आ। जे आप गल करते हैं पे अपने नौजवान की सोच भी सिक्खी के नाल मिलानी है ज अपनी ध्यान के लिए असी लड़ना आ फिर सारे पासे लड़ो ना सारे पासे अपन एक दूजे लिए खड़ना चाहिए है। ये मेरे मन च सवाल आता हों कदे पे आप जब गल करते हैं सिक्खी बारे खालिस्तान बारे पे आप कोई डर नहीं शहीदा भी कोई डर नहीं सी फिर मेरे मन च कदे कदे आता हों पे आप एक दूजे मोहरे कि डर जाने पे ये साड़ी जगह नहीं जी असी कुछ बोलना नहीं गलत तो गलत ही होंगे भावें कोई अपने वर्गा देखे हम भैन जी कह के गई है भाई कई बार डीमन होंगे अपने वर्गे कोई अपनी कहता है भी असी पंजाबी हाँ जी असी भी कदे कदे गुरुद्वारे जाएगा है ना तो कहें भी साढ़े घर जिदा चलता कोई गल नहीं तुम ना कुछ कहो असी कि नहीं कुछ कह सकते धियां मावं ओ नौजवान जोड़े उस घर के जोड़ा सारा कुछ वो सहते भी तो गुरु के लाडले आठ पंथ के आ साडा फर्ज बनता है जे आप लड़ना है तो आप इतने भी सारे नौजवानों साथ लैके लड़ना है सारे धियां पुत्रां नाल लैके तुरना है ना। दूजी गल मेरी टॉपिक डर के उत्ते मैं कहना चाहनी हाँ भी जिहड़े नौजवान आ हम मैं थोड़े नाल गल करती हाँ आपां नूं डर बहुत हुंदा है कई जिहड़े ज़्यादातर आप इदां दे घर पैदा हुए सी जां मां करे अंग्रेजी मिक्स कर देनी पर If we were raised in a household where Sikhi was not taught to us as our way, if Sikhi was not prioritized in our lives, it's very difficult for us at times to connect with it. You know, there have been situations on 1984 the vigil hunde ya te ke Sikh Student Association, SFU, UBC, KPU, at the university the nyane ikatthe hoke चुरासी दल्ला करते हैं असी सिक्खी के नाम जुड़ना चाहते हैं कई न्याण के माँ बाप उन्होंने कहते हैं भी जब तुम उत्थे जाने थानू नहीं पता वो की करते वो तो बस स्कैम होंगे वो तो बस पैसे लैंड फैलते इदा दल्ला करते हैं जब नौजवानों को पता नहीं हों की साखी है किड़े पास असी जुड़िए जब उन्होंने नाल संगत के नाल जो तो उन्होंने संगत के नाल जुड़े नहीं होंगे उन्होंने पता नहीं होंगे भी असं कि सवाल पूछिए भी इदा होया सा गल सही है कि नहीं है असं गलत पास जा रहे हैं कि असी सही पास जा रहे हैं। जो नौजवान इतने बैठे हैं जो मैं कहना चाहनी हाँ भी हाँ जे बजुर्ग अपने उन्होंने भी फर्ज बनता है पर अपना भी फर्ज बनता है भी आप अपनी सिक्खी टोल के लिए जे किसी ने सानू गलत पासे पाया साडा फर्ज बनता है भी आप गुरु साहब के नाल तुरना है आप भावें जिथे भी नेरे विच तुरे हो आप उस गुरु साहब के लोग टोल के उस राह पाना है आप है ना। ये सारिया गल्लां होने तो पहला मैं एक टीचर दे नाल गल कर रही सी मेरी यूनिवर्सिटी विच वह भी पंजाबी आ उन्होंने तो रिसर्च किया किसी होर गल का जेंडर स्टडीज का पर उन्होंने पंजाब जाके रिसर्च किया वो कहते भी मेरिया गल् हुई जे कहने डिफरेंट कैस्ट के सारे ना उन्होंने गल की रिसर्च किया पबलिश किया तो मैं उन्होंने गल कर रही थी भी अगे जाके पढ़ाई के इदा मेरे मन च भी ख्याल आता भी पढ़ाई जो असी किसी गल की करनी है फिर मन च आता ही है भी असी अपने पंथ के बारे गल करिए असी उस काम उस सेवा के उत्ते लगीए जिहड़े असी दुनिया के
we can bring to light what has actually happened to us, to our people, what is continuing to happen. मैं अपने जवाब सवाल सारा कुछ एक तरीके ना बोल सकती हूँ जिस तरीके ना पे मेनू कोई डर नहीं पे जे मेरे कोई मेनू कोई सवाल करे मैं जवाब दे सकती हूँ ते अपने राह दे उत्ते अपने स्टैंड ला सकती हूँ मेनू मेनू पता पे डर आपां नूं आपां कही दा पे सानूं नहीं लगता पर डर लगता ही है है ना डर इस करके लगता भी सानू इतने ना कुछ हो जाए डर उस करके भी लगता भी जे असी हुण सिखी दे राह पे हाँ तो कदे पंज तक थां ते तक ना पहुँच सके उस गल का भी दुख हुंदा है पर यह सब सोच सोच के सारे नौजवानों को मैं कहना चाहूँगी भी अपना फर्ज बनता है अपना फर्ज बनता भी अपनी सिक्खी नूं असीं टोली है उहदे नाल कनैक्ट करिए साडा फर्ज बनता भी जिहड़ा सच्चाई आ भावें तुहाडी जो भी टैलेंट आ जिद्दां पहलां भी कई लोकां ने कहा सी भी भैण भावां ने कहा सी भी जे तुहाडी कोई सेवा हुंदी है तुहाडे तों भी तुसीं मन लगा के करो जे तुहाडे कोलों डिग्री हैगी तुसीं पढ़ाई करदे आ जे आपां किसी होर कैनेडा की रिसर्च असीं बहुत करदे रहे हां असीं स्कूलां दे विच असीं अपने पथ ते भी रिसर्च कर सकदे हां कई बजुर्ग जां कई साडे तों जिहड़े वड्डे आ उहनां नूं कई गल्लां दा नहीं पता हुंदा पर असीं रिसर्च ते करदे हां जां असीं पढ़ाई जे करदे हां असीं उह चीज़ां टोल के वी कैन स्प्रैड दा मैसेज कई लोकां नूं इदां नहीं पता हुंदा ते कैनेडा दे विच हुण भै जी गल करके हटी आ भै गवर्नमेंट दे विच कई गल कई मेजोरिटी मैनू लगता लोगों को पता भी नहीं पे एक दो साल पिछे लिबरल गवर्नमेंट ने एकदम डेफिनेशन पा दिती सी लुक लुक के किसी को पता नहीं लगा पे उन्होंने सिखा नू टेररिस्ट लाता सी पे ए वार्निंग ते होने चाहिए आ इदा इदा उन्होंने अपने डॉक्यूमेंट्स दे विच लिख के पाता किसी को पता नहीं लगा जब तक किसी ने मेरे ख्याल वर्ल्ड सेक ऑर्गेनाइजेशन तो किसी ने रिसर्च करके वो गल टोली फिर उन्होंने गवर्नमेंट के सामने लियांता फिर उन्होंने उन्होंने अबिलिटी सी कहने पे आ गल तुसी साडे बारे कितना लिख सकते हैं उन्होंने गलों को चैलेंज कर सके फिर कई बार इदा होंगे ज्यादातर पता नहीं कहते साड़ी किस्मत कह दो या कुछ होर पर सानू इदा बनाया जाता है साडी पथ नूं पे जिदा असी एक कोने दे विच खड़े दुनिया दे विच कई जाने आ पे असी इनोसेंट आ पे असी कोई गलत काम नहीं कीता सानू बिलीव करो असी तां इनोसेंट आ असी कुछ नहीं कीता पर जिन्ना मर्जी असी ओह गल कही जाने आ दुहराई जाने आ किसे नूं फर्क नहीं पैना जब तक असी दिखा नहीं सकते सबूत दे नाल पे कौन गलत आ फिर हम इंडिया गवर्नमेंट जिन्नी गल्लां साडे नाल कर चुकी है सिखां दे नाल जां इत्थे दी गवर्नमेंट जां यूके दे विच गवर्नमेंट सारियां जिहड़ियां नैगेटिव इंप्रैशनस सिखां दे बारे लिखियां जांदियां आ जां प्रमोट कीतियां जांदियां ने उह असीं तां ही डिसप्रूव कर सकदे हां जे असीं भी कोई मन दी सेवा लगा के उहनां चीज़ां नूं उहनां चीज़ां बारे पढ़ के उहनां चीज़ां बारे गल कर सकदे हां मैं एक गल होर कहना चाहनी हाँ गल हुई सी पहला सेवा बारे पे जे किसी ने पोस्टर्स या इनफॉरमेशन फ्लायर्स कुछ इदा बनाने हैं मेरे मन च आया पे असी ग्रुप चैट किसी तौर पर बना लैने उहदे विच असी सारा कुछ इनफॉरमेशन इकट्ठा कर सकते हैं सारियां दे विच वंड सकते हैं पे किने की करना है तो मैनूं लगता आपां नूं नाले पोस्टर्स ते फ्लायर्स भी ठीक है पर आपां नूं पिटीशन भी शुरू करनी चाहिए आ जे आपां पिटीशन शुरू करते हैं तो सिग्नेचर लोगों के हज़ारों के मिलियन के लै लैने प्रूफ कर लो पे कि गल्लां ह्यूमन राइट्स इनजस्टिस हो रही हैं साडे नाल साडे मुल्क दे नाल साडे लोगों के नाल फिर
ਗਵਰਨਮੈਂਟ ਭਾਵੇਂ ਇੱਥੇ ਦੀ ਆ ਕਿਤੇ ਹੋਰ ਦੀ ਆ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੁੰਦੀ ਉਹਨਾਂ ਨੂੰ ਦੇਖਣਾ ਹੀ ਪੈਂਦਾ ਕਿਉਂਕਿ ਫੇਰ ਹੀ ਮੀਡੀਆ ਆਊਟਲੈਟਸ ਕੋਈ ਸਾਨੂੰ ਪੁੱਛਣਗੇ ਵੀ ਤੁਹਾਡੇ ਨਾਲ ਕੀ ਹੋਇਆ ਜੇ ਅਸੀਂ ਸਬੂਤ ਦੇ ਸਕਦੇ ਹਾਂ ਜੇ ਆਪਾਂ ਪ੍ਰੋਪਰਲੀ ਐਕਸਪਲੇਨ ਕਰ ਸਕਦੇ ਹਾਂ ਵੀ ਆਹ ਚੀਜ਼ਾਂ ਹਿਊਮਨ ਰਾਈਟਸ ਐਂਡ ਜਸਟਿਸ ਹੋਈਆਂ ਇੱਦਾਂ ਹੋਈਆਂ ਉਦੋਂ ਹੋਈਆਂ ਹੁਣ ਹੋਈਆਂ ਇਹ ਸਾਰਾ ਕੰਮ ਸਾਨੂੰ ਸੇਵਾ ਮਨ ਲਗਾ ਕੇ ਕਰਨੀ ਚਾਹੀਦੀ ਆ ਤੇ ਇਹ ਗੱਲ ਵੀ ਸਹੀ ਆ ਵੀ ਇੱਕ ਦਿਨ 'ਚ ਨਹੀਂ ਹੋਣੀ ਇਹ ਲਗਾਤਾਰ ਹੋਣੀ ਆ ਪਰ ਜੇ ਆਪਾਂ ਸਾਰਿਆਂ ਨੇ ਮਨ ਲਗਾ ਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਨੂੰ ਆਪਾਂ ਇਹ ਸੇਵਾ ਮਨ 'ਚ ਸੋਚਿਆ ਵੀ ਅਸੀਂ ਕਰਨੀ ਕਰਨੀ ਆ ਅਸੀਂ ਸੱਚ ਮੋਹਰੇ ਲਿਆਉਣਾ ਹੀ ਆ ਫਿਰ ਤਦ ਹੀ ਖਾਲਿਸਤਾਨ ਕਿਸ ਦਿਨ ਬਣੂਗਾ ਕਦੇ ਸਾਡੇ ਭੈਣ ਭਰਾ ਆਜ਼ਾਦ ਹੋਊਗੇ ਬਾਕੀ ਜੇ ਮੈਂ ਤੋਂ ਕੋਈ ਗਲਤੀ ਹੋਈ ਮਾਫ਼ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ